ਖਬਰਾਂ ਦੇ ਬੁਲੇਟਿਨ ਦੇ ਸਪான்ਸਰ ਨੇ ਰਿਆਨਟਰ ਗੁਰਜਤੇਂਦਰ ਸਿੰਘ ਰੰਦਾਵਾ ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਮਿਲ ਯੂਐਸਏ ਟੀਵੀ ਤੇ ਮੈਸਰੂਪੇ ਖਬਰਾਂ ਦੇ ਬੁਲਟਸ਼ਾਅ ਦਾ ਬਹੁਤ ਬਹੁਤ ਸਵਾਗਤ ਹੈ ਪੇਸ਼ ਆਂ ਦਸ਼ਵਦੇਸ਼ ਦੀਆਂ ਕੁਝ ਖਾਸ ਤੇ ਚੌਂਮੀਆਂ ਖਬਰਾਂ ਅਮਰੀਕਾ ਛਰਕੰਟੇ 10 ਭਾਰਤੀ ਗ੍ਰਿਫਤਾਰ ਗੈਰ ਕਾਨੂੰਨੀ ਤਰੀਕੇ ਦੇ ਨਾਲ ਦੇਸ਼ ਦਾਖਲ ਹੋਣ ਦਾ ਇਲਜ਼ਾਮ ਭਾਰਤੀ ਹੋਣ ਕੇ ਪ੍ਰਭਾਵਰ ਟਰੂਡੋ ਨੇ ਕੈਨੇਡਾ ਫਰਸਟ ਨੀਤੀ ਦਾ ਕੀਤਾ ਐਲਾਨ ਅਮਰੀਕਾ ਨੇ ਗੈਰ ਕਾਨੂੰਨੀ ਭਾਰਤੀ ਵਿਸ਼ੇਸ਼ ਜਹਾਜ਼ ਰਾਹੀ ਵਾਪਸ ਭੇਜੇ ਮਿਸ਼ੇਲ ਬਾਮਾ ਨੇ ਹੈਰਿਸ ਦੇ ਸਮਰਥਨ ਚ ਕੀਤੀ ਰੈਲੀ ਅਮਰੀਕੀ ਰਾਸ਼ਟਰਪਤੀ ਚੌਂਚ ਹੈਰਿਸ ਤੇ ਟਰੰਪ ਵਿਚਾਲੇ ਫਸਵਾ ਮੁਕਾਬਲਾ ਓਵਨ ਦੇ ਚੁਲਸਕੇ ਮਰੀ ਪੰਜਾਬੀ ਮਟਿਆਰ ਦੇ ਪਰਿਵਾਰ ਦੀ ਮਦਦ ਲਈ ਲੋਕ ਆਏ ਅਗੇ ਉਹਨੇ ਨ ਖਬਰਾਂ ਦਾ ਵਿਸਾਰ ਇਸ ਨਾਲ ਹੀ ਦੇਸ਼ ਅਤੇ ਵਿਦੇਸ਼ ਨਾਲ ਜੁੜੀਆਂ ਹੋਈਆਂ तमाम ਖਬਰਾਂ ਪਿਛਲੇ ਸਾਲ ਹਰ ਕੰਡੇ 10 ਭਾਰਤੀਆਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਮਰੀਕਾ ਦੇ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਵਿਭਾਗ ਨੇ ਅਕਤੂਬਰ 2023 ਤੋਂ ਸਤੰਬਰ 2024 ਤੱਕ ਗੈਰ ਕਾਨੂੰਨੀ ਟੰਗ ਦੇ ਨਾਲ ਦੇਸ਼ ਵਿੱਚ ਦਾਖਲ ਹੋਣ ਵਾਲੇ ਲੋਕਾਂ ਦਾ ਡਾਟਾ ਜਾਰੀ ਕੀਤਾ ਹੈ ਇਸ ਆંકੜੇ ਦੇ ਮੁਤਾਬਕ ਪਿਛਲੇ ਸਾਲ 29 ਲੱਖ ਲੋਕਾਂ ਨੂੰ ਗੈਰ ਕਾਨੂੰਨੀ ਟੰਗ ਨਾਲ ਸਰਹੱਦ ਪਾਰ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਸੀ ਇਹਨਾਂ ਦੇ ਵਿੱਚੋਂ 90415 ਭਾਰਤੀ ਸਨ ਇਹਨਾਂ ਵਿੱਚੋਂ 43764 ਨੂੰ ਅਮਰੀਕਾ ਕੈਨੇਡਾ ਸਰਹੱਦ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਭਾਰਤੀ ਏਜੰਸੀਆਂ ਮੁਤਾਬਕ ਸਰਹੱਦ ਪਾਰ ਕਰਨ ਵਾਲੇ 50% ਤੋਂ ਵੱਧ ਭਾਰਤੀ ਗੁਜਰਾਤ ਦੇ ਸਨ ਹਾਲਾਂਕਿ ਪਿਛਲੇ ਸਾਲ ਦੇ ਮੁਕਾਬਲੇ ਇਹ ਆਂਕੜਾ ਘਟਿਆ ਹੈ ਸਾਲ 2022-23 ਵਿੱਚ 96917 ਭਾਰਤੀਆਂ ਨੂੰ ਗੈਰ ਕਾਨੂੰਨੀ ਸਰਹੱਦ ਪਾਰ ਕਰਨ ਲਈ ਗ੍ਰਿਫਤਾਰ ਕੀਤਾ ਗਿਆ ਸੀ ਕੈਨੇਡੀਅਨ ਪਾਸਿਓ ਬਾਰਡਰ ਕ੍ਰੋਸਿੰਗ ਦੇ ਆਂਕੜੇ ਦਰਸਾਉਂਦੇ ਹਨ ਕਿ ਭਾਰਤੀ ਹੁਣ ਮੈਕਸੀਕੋ ਦੇ ਡੋਂਕੀ ਰੂਟ ਦੀ ਬਜਾਏ ਕੈਨੇਡਾ ਨੂੰ ਆਪਣੀ ਪਹਿਲੀ ਪਸੰਦ ਵਜੋਂ ਵਰਤ ਰਹੇ ਹਨ ਦਰਅਸਲ ਅਮਰੀਕਾ ਨੇ ਮੈਕਸੀਕੋ ਬਾਰਡਰ ਤੇ ਚੌਕਸੀ ਵਧਾ ਦਿੱਤੀ ਹੈ ਇਸ ਦੇ ਨਾਲ ਹੀ ਕੈਨੇਡਾ ਤੋਂ ਸਰਹੱਦ ਪਾਰ ਕਰਨ ਮੈਕਸੀਕੋ ਨਾਲੋਂ ਆਸਾਨ ਹੈ ਕੈਨੇਡਾ ਦਾ ਵੀਜ਼ਾ ਲੈਣ ਵਾਲੇ ਭਾਰਤੀ ਉੱਥੋਂ ਟੈਕਸੀ ਰਾਹੀਂ ਸਰਹੱਦ ਪਾਰ ਕਰਕੇ ਅਮਰੀਕਾ ਪਹੁੰਚ ਜਾਂਦੇ ਹਨ ਹਾਲਾਂਕਿ ਹਾਲ ਦੇ ਸਾਲਾਂ ਵਿੱਚ ਅਮਰੀਕਾ ਨੇ ਇੱਥੇ ਵੀ ਚੈੱਕ ਪੋਸਟਾਂ ਨੂੰ ਸਖਤ ਕਰ ਦਿੱਤਾ ਹੈ ਹਾਲਾਂਕਿ ਰਿਪੋਰਟਾਂ ਅਨੁਸਾਰ ਕੈਨੇਡਾ ਸਰਹੱਦ ਤੋਂ ਗ੍ਰਿਫਤਾਰ ਕੀਤੇ ਗਏ ਭਾਰਤੀਆਂ ਦੀ ਗਿਣਤੀ ਸਰਹੱਦ ਪਾਰ ਕਰਨ ਵਾਲਿਆਂ ਨਾਲੋਂ ਬਹੁਤ ਘੱਟ ਹੈ ਲੋਕਾਂ ਨੇ ਦੋ ਮੁੱਖ ਕਾਰਨਾ ਕਰਕੇ ਮੈਕਸੀਕੋ ਰਾਹੀਂ ਡੋਂਕੀ ਲਗਾਉਣੀ ਛੱਡ ਦਿੱਤੀ ਹੈ ਪਹਿਲਾ ਇਸ ਲਈ ਕਿਉਂਕਿ ਮੈਕਸੀਕੋ ਲਿਜਾਏ ਜਾਣ ਤੋਂ ਪਹਿਲਾਂ ਅਸਾਈ ਤੌਰ ਤੇ ਉਹਨਾਂ ਨੂੰ ਦੁਬਈ ਜਾਂ ਤੁਰਕੀ ਵਿੱਚ ਰੋਕ ਦਿੱਤਾ ਜਾਂਦਾ ਹੈ ਦੂਜਾ ਅਮਰੀਕਾ ਏਜੰਸੀਆਂ ਪਿਛਲੇ ਕੁਝ ਸਾਲਾਂ ਤੋਂ ਇਨ੍ਹਾਂ ਦੇਸ਼ਾਂ ਵਿੱਚ ਰਹਿ ਰਹੇ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਨੇੜਿਓਂ ਨਜ਼ਰ ਰੱਖ ਰਹੀ ਹੈ ਅਤੇ ਉਹਨਾਂ ਨੇ ਮਨੁੱਖੀ ਤਸਕਰੀ ਦੇ ਨੈਟਵਰਕ ਨੂੰ ਤੋੜ ਦਿੱਤਾ ਹੈ ਗੁਜਰਾਤੀ ਲੋਕ ਹੁਣ ਮੈਕਸੀਕੋ ਦੀ ਬਜਾਏ ਕੈਨੇਡੀਆ ਰੂਟ ਦੀ ਚੋਣ ਕਰ ਰਹੇ ਹਨ ਕਿਉਂਕਿ ਉੱਥੋਂ ਟੈਕਸੀ ਕਿਰਾਏ ਤੇ ਲੈ ਕੇ ਆਸਾਨੀ ਦੇ ਨਾਲ ਅਮਰੀਕਾ ਵਿੱਚ ਪ੍ਰਵੇਸ਼ ਕੀਤਾ ਜਾ ਸਕਦਾ ਹੈ। ਭਾਰਤ ਅਤੇ ਕੈਨੇਡਾ ਦੇ ਵਿਗੜਦੇ ਰਿਸ਼ਤਿਆਂ ਦਰਮਿਆਨ ਕੈਨੇਡੀਅਨ ਪੀਐਮ ਟਰੂਡੋ ਨੇ ਕੈਨੇਡਾ ਫਰਸਟ ਨੀਤੀ ਦਾ ਐਲਾਨ ਕੀਤਾ ਹੈ। ਰਿਪੋਰਟਾਂ ਦੇ ਮੁਤਾਬਕ ਕੈਨੇਡਾ 'ਚ ਇਸ ਨੀਤੀ ਦਾ ਸਭ ਤੋਂ ਜ਼ਿਆਦਾ ਅਸਰ ਉੱਥੇ ਰਹਿਣ ਵਾਲੇ ਭਾਰਤੀਆਂ ਤੇ ਪਵੇਗਾ। ਸੋਸ਼ਲ ਮੀਡੀਆ ਪਲੇਟਫਾਰਮ ਤੇ ਇਸ ਨੀਤੀ ਦਾ ਐਲਾਨ ਕਰਦੇ ਹੋਏ ਕਰੂਡੋ ਨੇ ਲਿਖਿਆ ਕਿ ਕੰਪਨੀਆਂ ਨੂੰ ਹੁਣ ਨੌਕਰੀਆਂ 'ਚ ਕਨੇਡੀਅਨ ਨਾਗਰਿਕਾਂ ਨੂੰ ਪਹਿਲ ਦੇਣੀ ਪਵੇਗੀ ਜਦੋਂ ਕੋਈ ਕੰਪਨੀ ਕਿਸੇ ਵਿਦੇਸ਼ੀ ਨਾਗਰਿਕ ਨੂੰ ਨੌਕਰੀ ਤੇ ਰੱਖਦੀ ਹੈ ਤਾਂ ਉਸ ਨੂੰ ਪਹਿਲਾਂ ਇਹ ਦੱਸਣਾ ਹੋਵੇਗਾ ਕਿ ਉਹਨਾਂ ਨੂੰ ਉਸ ਨੌਕਰੀ ਲਈ ਕੋਈ ਢੁਕਵਾਂ ਕਨੇਡੀਅਨ ਨਾਗਰਿਕ ਨਹੀਂ ਮਿਲਿਆ ਹੈ ਕਨੇਡੀਅਨ ਸਰਕਾਰ ਦੀ ਇਸ ਨੀਤੀ ਦਾ ਸਭ ਤੋਂ ਵੱਧ ਅਸਰ ਉੱਥੇ ਵਸੇ ਭਾਰਤੀਆਂ ਤੇ ਪਵੇਗਾ ਕਿਉਂਕਿ ਕੋਰੋਨਾ ਦੌਰਾਨ ਰੂਡੋ ਸਰਕਾਰ ਵੱਲੋਂ ਵਿਦੇਸ਼ੀ ਕਰਮਚਾਰੀਆਂ ਨੂੰ ਦਿੱਤੀ ਗਈ ਢਿੱਲ ਕਾਰਨ ਉੱਥੇ ਪੜਨ ਲਈ ਗਏ ਬਹੁਤ ਸਾਰੇ ਭਾਰਤੀ ਵਿਦਿਆਰਥੀਆਂ ਨੇ ਸ਼ੋਪਿੰਗ ਮਾਲ ਰੈਸਟੋਰੈਂਟ ਫੂਡ ਸਟੋਰਾਂ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਜਿਸ ਨਾਲ ਉਹਨਾਂ ਦੀ ਪੜਾਈ ਦੇ ਨਾਲ-ਨਾਲ ਕੁਝ ਆਮਦਨ ਹੋਣੀ ਵੀ ਸ਼ੁਰੂ ਹੋ ਗਈ ਸੀ ਇੱਕ ਰਿਪੋਰਟ ਦੇ ਅਨੁਸਾਰ 2023 ਵਿੱਚ ਕੈਨੇਡਾ ਦੇ ਵਿੱਚ ਕੰਮ ਕਰਨ ਵਾਲੇ ਵਿਦੇਸ਼ੀ ਅਸਥਾਈ ਕਾਮਿਆਂ ਵਿੱਚ ਭਾਰਤੀਆਂ ਦੀ ਗਿਣਤੀ ਸਭ ਤੋਂ ਵੱਧ ਸੀ ਰੂਡੋ ਸਰਕਾਰ ਨੇ ਕੋਰੋਨਾ ਮਹਾਮਾਰੀ ਤੋਂ ਬਾਅਦ ਮਜ਼ਦੂਰਾਂ ਦੀ ਕਮੀ ਕਾਰਨ 2005 ਵਿੱਚ ਨਵੇਂ ਨਿਯਮ ਬਣਾਏ ਸਨ ਉਦੋਂ ਇਸ ਨੂੰ ਅਸਥਾਈ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਦਾ ਨਾਮ ਦਿੱਤਾ ਗਿਆ ਇਸ ਵਿੱਚ ਗੈਰ ਕੈਨੇਡੀਅਨ ਨੂੰ ਗਰੋਜ਼ਗਾਰ ਸੰਬੰਧੀ پابੰਦੀਆਂ ਤੋਂ ਰਾਹਤ ਦਿੱਤੀ ਗਈ ਸੀ ਇਸ ਤੋਂ ਇਲਾਵਾ ਉਹਨਾਂ ਦੀ ਤਨਖਾਹ ਵੀ ਵਧਾਈ ਗਈ ਸਰਕਾਰ ਦੇ ਇਸ ਹੁਕਮ ਦਾ ਭਾਰਤੀ ਵਿਦਿਆਰਥੀਆਂ ਨੂੰ ਕਾਫੀ ਫਾਇਦਾ ਹੋਇਆ ਉੱਥੇ ਜਾਣ ਵਾਲੇ ਵਿਦਿਆਰਥੀ ਪੜਾਈ ਤੋਂ ਇਲਾਵਾ ਪਾਰਟ ਟਾਈਮ ਨੌਕਰੀਆਂ ਕਰਨ ਲੱਗ ਪਏ ਫੋਪਸਿਰਪੋਨ ਮੁਤਾਬਕ ਟੂਡੋ ਸਰਕਾਰ ਦੇ ਫੈਸਲੇ ਤੋਂ ਬਾਅਦ ਕਈ ਭਾਰਤੀ ਵਿਦਿਆਰਥੀਆਂ ਨੇ ਅਮਰੀਕੀ ਯੂਨੀਵਰਸਿਟੀਆਂ ਵਿੱਚ ਦਾਖਲਾ ਲੈਣ ਦੀ ਬਜਾਏ ਕੈਨੇਡੀਅਨ ਯੂਨੀਵਰਸਿਟੀਆਂ ਨੂੰ ਚੁਣਿਆ ਸੀ। ਵਿਦੇਸ਼ ਮੰਤਰਾਲੇ ਅਨੁਸਾਰ 2024 ਦੇ ਵਿੱਚ ਲਗਭਗ 13,35,878 ਭਾਰਤੀ ਵਿਦਿਆਰਥੀ ਵਿਦੇਸ਼ਾਂ ਵਿੱਚ ਪੜ੍ਹਾਈ ਕਰ ਰਹੇ ਹਨ। ਇਹਨਾਂ ਵਿੱਚੋਂ ਕੈਨੇਡਾ ਵਿੱਚ ਸਭ ਤੋਂ ਵੱਧ 4,27,000 ਵਿਦਿਆਰਥੀ ਹਨ। ट्रूडो ने कहा कि प्रवासी ने ਸਾਡੀ ਆਰਥਿਕਤਾ ਨੂੰ ਕੋਰੋਨਾ ਦੌਰਾਨ ਲਗਾਈਆਂ ਪਾਬੰਦੀਆਂ ਕਾਰਨ ਹੋਏ ਨੁਕਸਾਨ ਤੋਂ ਉਭਰਨ ਵਿੱਚ ਅਹਿਮ ਯੋਗਦਾਨ ਪਾਇਆ ਹੈ ਪਰ ਹੁਣ ਸਮਾਂ ਆ ਗਿਆ ਹੈ ਕਿ ਇਸ ਨੂੰ ਬਦਲਿਆ ਜਾਵੇ ਕੈਨੇਡਾ ਨੂੰ ਆਪਣੀ ਆਬਾਦੀ ਨੂੰ ਸਥਿਰ ਕਰਨ ਦੀ ਲੋੜ ਹੈ ਅਮਰੀਕਾ ਨੇ ਦੇਸ਼ ਦੇ ਗੈਰ ਕਾਨੂੰਨੀ ਟਾਂਗ ਨਾਲ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਕਿਰਾਏ ਤੇ ਲੈ ਵਿਸ਼ੇਸ਼ ਚਾਰਟਰਡ ਜਹਾਜ਼ ਰਾਹੀਂ ਪਾਰ ਸਰਕਾਰ ਦੇ ਸਹਿਯੋਗ ਦੇ ਨਾਲ ਵਤਨ ਵਾਪਸ ਭੇਜਿਆ ਅਮਰੀਕਾ ਦੇ ਗ੍ਰੈਸ ਸੁਰੱਖਿਆ ਵਿਭਾਗ ਨੇ ਇਹ ਜਾਣਕਾਰੀ ਦਿੱਤੀ ਵਿਭਾਗ ਨੇ ਬੀਤੇ ਦਿਨ ਦੱਸਿਆ ਕਿ ਜਹਾਜ਼ 21 ਅਕਤੂਬਰ ਨੂੰ ਭਾਰਤ ਭੇਜਿਆ ਗਿਆ ਸੀ ਕਾਰਜਕਾਰੀ ਗ੍ਰੈਸ ਸੁਰੱਖਿਆ ਉਪ ਮੰਤਰੀ ਨੇ ਇਸ ਬਾਰੇ ਜਾਣਕਾਰੀ ਦਿੱਤੀ ਤੇ ਕਿਹਾ ਕਿ ਜਿੰਨਾ ਭਾਰਤੀਆਂ ਕੋਲ ਅਮਰੀਕਾ 'ਚ ਰਹਿਣ ਦਾ ਕੋਈ ਕਾਨੂੰਨੀ ਆਧਾਰ ਨਹੀਂ ਹੈ ਉਹਨਾਂ ਨੂੰ ਤੁਰੰਤ ਵਾਪਸ ਭੇਜਿਆ ਜਾ ਸਕਦਾ ਹੈ ਬਿਆਨ ਚ ਕਿਹਾ ਗਿਆ ਕਿ ਗ੍ਰੈਸ ਸੁਰੱਖਿਆ ਵਿਭਾਗ ਅਮਰੀਕੀ ਪ੍ਰਵਾਸ ਕਾਨੂੰਨ ਲਾਗੂ ਕਰਨਾ ਜਾਰੀ ਰੱਖੇਗਾ ਅਤੇ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰੇਗਾ ਤੇ ਸਹੀ ਢੰਗ ਨਾਲ ਦੇਸ਼ ਹੋਣ ਨੂੰ ਉਤਸ਼ਾਹਿਤ ਕਰੇਗਾ ਇਸ ਚ ਕਿਹਾ ਗਿਆ ਹੈ ਕਿ ਇਹ ਉਹਨਾਂ ਕਈ ਉਪਾਅ ਚੋਂ ਇੱਕ ਹੈ ਜਿਸੇ ਵਰਤੋਂ ਅਮਰੀਕਾ ਨੇ ਗੈਰ ਕਾਨੂੰਨੀ ਪ੍ਰਵਾਸ ਘਟਾਉਣ ਸੁਰੱਖਿਤ ਵੈਧ ਤੇ ਪਰਵਾਨਿਤ ਮਾਰਗਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਅਤੇ ਕਮਜ਼ੋਰ ਲੋਕਾਂ ਦੇ ਸ਼ੋਸ਼ਣ ਤੇ ਤਸਕਰੀ ਲਈ ਕੁਮਾਂਦਰੀ ਅਪਰਾਧਿਕ ਨੈੱਟਵਰਕ ਨੂੰ ਜ਼ਿੰਮੇਵਾਰ ਠਹਿਰਾਉਣ ਲਈ ਕੀਤੀ ਹੈ ਇਸੇ ਕਿਹਾ ਗਿਆ ਹੈ ਕਿ DHS ਨੇ 23 ਸਾਲ 2024 ਚ 1,60,000 ਤੋਂ ਵੱਧ ਵਿਅਕਤੀਆਂ ਨੂੰ ਵਾਪਸ ਭੇਜਿਆ ਤੇ ਭਾਰਤ ਸਮੇਤ 145 ਤੋਂ ਵੱਧ ਦੇ ਮੁਲਕਾਂ ਲਈ 495 ਤੋਂ ਵੱਧ ਕੁਮਾਂਤਰੀ ਉਡਾਨਾਂ ਚਲਾਈਆਂ DHS ਨੇ ਪਿਛਲੇ ਸਾਲ ਦੁਨੀਆ ਭਰ ਦੇ ਕਈ ਮੁਲਕਾਂ ਦੇ ਲੋਕਾਂ ਨੂੰ ਅਮਰੀਕਾ ਚੋਂ ਕੱਢਿਆ ਹੈ ਜਿਨ੍ਹਾਂ ਚ ਕੋਲੰਬੀਆ ਇਕਵਾਡੋਰ ਪੈਰੂ ਮਿਸਰ ਮੋਰਿਟਾਨੀਆ ਸੈਨੇਗਲ ਉੱਜ ਪਾਕਿਸਤਾਨ ਚੀਨ ਤੇ ਭਾਰਤ ਸ਼ਾਮਲ ਹਨ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਓਬਾਮਾ ਨੇ ਪੁਰਸ਼ਾਂ ਨੂੰ ਕਮਲਾ ਹੈਰਿਸਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਉਹ ਦੇਸ਼ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਣ ਸਕਣ ਨਵੰਬਰ ਚ ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਦੇ ਸਮਰਥਨ ਚ ਸ਼ਨੀਵਾਰ ਨੂੰ ਮਿਸ਼ੀਗਨ ਚ ਇੱਕ ਰੈਲੀ ਚ ਮਿਸ਼ੇਲ ਓਬਾਮਾ ਨੇ ਕਿਹਾ ਕਿ ਜੇਕਰ ਡੋਨਲਡ ਟਰਪ ਦੁਬਾਰਾ ਰਾਸ਼ਟਰਪਤੀ ਬਣਦੇ ਹਨ ਤਾਂ ਔਰਤਾ ਦੀ ਜ਼ਿੰਦਗੀ ਖਤਰੇ ਠ ਪੈ ਜਾਵੇਗੀ ਅਮਰੀਕਾ ਦੇ ਸਾਬਕਾ ਫਰਸਟ ਲੇਡੀ ਨੇ ਗਰਪਾਦ ਦੇ ਸੰਵਿਧਾਨਕ ਅਧਿਕਾਰਾਂ ਨੂੰ ਖਤਮ ਕਰਨ ਦੇ ਮੁੱਦੇ ਦਾ ਜ਼ਿਕਰ ਕਰਦਿਆ ਕਿਹਾ ਕਿ ਇਹ ਔਰਤਾ ਦੀ ਸਿਹਤ ਨਾਲ ਖਿਲਵਾੜ ਹੈ ਓਬਾਮਾ ਨੇ ਕਿਹਾ ਕਿ ਹੋ ਸਕਦਾ ਹੈ ਕਿ ਕੁਝ ਲੋਕ ਤਰੱਕੀ ਦੀ ਧੀ ਵੀ ਗਤੀ ਕਾਰਨ ਗੁੱਸੇ ਵਿੱਚ ਟਰੰਪ ਨੂੰ ਵੋਟ ਪਾ ਸਕਦੇ ਹਨ ਪਰ ਇਸ ਗੁੱਸੇ ਦਾ ਸਰ ਬਾਕੀ ਚੀਜ਼ਾਂ ਤੇ ਪਵੇਗਾ ਮਿਸ਼ੇਲ ਓਬਾਮਾ ਨੇ ਕਿਹਾ ਕਿ ਜੇਕਰ ਤੁਸੀਂ ਇਸ ਚੋਣ ਵਿੱਚ ਸਹੀ ਵਿਅਕਤੀ ਨੂੰ ਵੋਟ ਨਹੀਂ ਦਿੰਦੇ ਹੋ ਤਾਂ ਤੁਹਾਡਾ ਗੁੱਸੇ ਦਾ ਖਮਿਆਜ਼ਾ ਤੁਹਾਡੀ ਪਤਨੀ ਤੁਹਾਡੀ ਧੀ ਤੁਹਾਡੀ ਮਾਂ ਅਤੇ ਸਾਡੇ ਵਰਗੀਆਂ ਔਰਤਾਂ ਤੇ ਪਵੇਗਾ ਉਹਨਾਂ ਨੇ ਵੀ ਕਿਹਾ ਕਿ ਕਮਲਾ ਨੇ ਹਰ ਪੱਧਰ ਤੇ ਸਾਬਤ ਕਰ ਦਿੱਤਾ ਹੈ ਕਿ ਉਹ ਤਿਆਰ ਹੈ ਅਸਲ ਸਵਾਲ ਇਹ ਹੈ ਕਿ ਕੀ ਅਸੀਂ ਇਸ ਪੱ ਲਈ ਤਿਆਰ ਹਾਂ ਓਬਾਮਾ ਨੇ ਕਿਹਾ ਇਸ ਝੂਠ ਤੇ ਵਿਸ਼ਵਾਸ ਨਾ ਕਰੋ ਕਿ ਅਸੀਂ ਨਹੀਂ ਜਾਣਦੇ ਕਿ ਕਮਲਾ ਕੌਣ ਹੈ ਜਾਂ ਉਹ ਕਿਹੜੇ ਮਹੱਤਵਪੂਰਨ ਮੁੱਦਿਆਂ ਤੇ ਚੱਲ ਰਹੀ ਹੈ। ਉਹ ਇੱਕ ਅਜਿਹੀ ਔਰਤ ਹੈ ਜੋ ਤੁਹਾਨੂੰ ਸਭ ਸਮਝ ਸਕਦੀ ਹੈ। ਓਬਾਮਾ ਨੇ ਕੇ ਬਾਅਦ ਵਿੱਚ ਹੈਰਿਸ ਨੇ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਬਾਅਦ ਵਾਅਦਾ ਕੀਤਾ ਕਿ ਉਹ ਉਨ੍ਹਾਂ ਦੇ ਹਿੱਤਾਂ ਦਾ ਖਿਆਲ ਰੱਖੇਗੀ। ਉਸਨੇ 트럼ਪ ਦੇ ਸਿਰਫ ਆਪਣੇ ਬਾਰੇ ਸੋਚਣ ਦਾ ਦੋਸ਼ ਲਗਾਇਆ। ਹੈਰਿਸ ਨੇ ਕਿਹਾ ਸਾਡੇ ਦੇਸ਼ ਨੂੰ ਅਜਿਹੇ ਰਾਸ਼ਟਰਪਤੀ ਦੀ ਲੋੜ ਹੈ ਜੋ ਲੋਕਾਂ ਬਾਰੇ ਸੋਚੇ ਉਹਨਾਂ ਨੇ ਸਮਝੇ ਅਤੇ ਉਹਨਾਂ ਦੇ ਹੱਕਾਂ ਦੇ ਲਈ ਲੜਾਈ ਲੜੇ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਦੇ ਲਈ 2 ਹਫ਼ਤਿਆਂ ਤੋਂ ਵੀ ਘੱਟ ਸਮਾਂ ਬਚਿਆ ਹੈ ਪਰ ਉਪ ਰਾਸ਼ਟਰਪਤੀ ਕਮਲਾ ਹੈਰੀਸ ਅਤੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦਰਮਿਆਨ ਫਸਵੀਂ ਟੱਕਰ ਦਿਖਾਈ ਦੇ ਰਹੀ ਹੈ ਉਧਰ ਹੀ جاری ਦੋ ਸਰਵੇਖਣਾਂ ਦੇ ਵਿੱਚ ਡੈਮੋਕ੍ਰੈਟਿਕ ਉਮੀਦਵਾਰ ਹੈਰਿਸ ਅਤੇ ਰਿਪਬਲਿਕਨ ਉਮੀਦਵਾਰ ਟਰੰਪ ਦਰਮਿਆਨ ਬਰਾਬਰ ਵੋਟਾਂ ਵਾਲੀ ਸਥਿਤੀ ਸਾਹਮਣੇ ਆਈ ਹੈ ਇਸ ਸਰਵੇਖਣ ਨਿਊਯਾਰਕ ਟਾਈਮਜ਼ ਅਤੇ ਸੀਐਨਐਨ ਵੱਲੋਂ ਜਾਰੀ ਕੀਤੇ ਗਏ ਹਨ ਇਸ ਦੌਰਾਨ ਅਮਰੀਕਾ ਦੇ ਦੋ ਵੱਡੇ ਅਖਬਾਰਾਂ ਵਸ਼ਿੰਗਟਨ ਪੋਸਟ ਤੇ ਲਾਸ ਐਂਜਲਸ ਟਾਈਮਜ਼ ਨੇ ਵੀ ਕਿਸੇ ਉਮੀਦਵਾਰ ਦੀ ਹਮਾਇਤ ਨਾ ਕਰਨ ਦਾ ਫੈਸਲਾ ਕੀਤਾ ਹੈ ਨਿਊਯਾਰਕ ਟਾਈਮਜ਼ ਦੇ ਤਾਜ਼ਾ ਸਰਵੇਖਣ ਵਿੱਚ ਦੋਵਾਂ ਉਮੀਦਵਾਰਾਂ ਨੂੰ 48 ਫੀਸਦੀ VOTING ਨਾਲ ਬਰਾਬਰੀ ਵਾਲੀ ਸਥਿਤੀ ਵਿੱਚ ਦਿਖਾਇਆ ਹੈ ਇਸ ਮਹੀਨੇ ਦੇ ਸ਼ੁਰੂ ਵਿੱਚ ਕਮਲਾ ਹੈਰਿਸ ਨੂੰ 3 ਫੀਸਦੀ ਦੀ ਲੀਡ ਹਾਸਲ ਸੀ ਜੋ ਹੁਣ ਖਤਮ ਹੁੰਦੀ ਦਿਖਾਈ ਗਈ ਹੈ ਸੀਨਨ ਦੇ ਸਰਵੇਖਣ ਵਿੱਚ ਕਿਹਾ ਗਿਆ ਹੈ ਕਿ 47% ਵੋਟਰਾਂ ਵੱਲੋਂ ਡੈਮੋਕ੍ਰੈਟਿਕ ਉਮੀਦਵਾਰ ਹੈਰੀਜ਼ਾ ਸਮਰਥਨ ਕਰਨ ਦੀ ਸੰਭਾਵਨਾ ਹੈ ਜਦਕਿ 47% ਹੀ ਰਿਪਬਲਿਕਨ ਉਮੀਦਵਾਰ 트ੰਪ ਦਾ ਸਮਰਥਨ ਕਰ ਸਕਦੇ ਹਨ ਹਫਤਾ ਪਹਿਲਾ ਕੈਨੇਡਾ ਦੇ ਪੂਰਬ ਤੱਟੀ ਸੂਬੇ ਨੋਵਾ ਸਕੋਸ਼ੀਆ ਦੇ ਸਿਲਾਨੀ ਸ਼ਹਿਰ ਹੈਲੀਫੈਕਸ ਸਥਿਤ ਵਾਲਮਾਰਟ ਸਟੋਰ ਵਿੱਚ ਕੰਮ ਕਰਦੀ 19 ਸਾਲਾ ਦੀ ਗੁਰਸਿੰਮਰਨ ਕੋੜ ਦੀ ਪੇਤ ਪਰਿਹਾਲਤ ਵਿੱਚ ਬੈਕਰੀ ਦੇ ਓਵਨ ਚ ਝੁਲਸਣ ਮਗਰੋਂ ਮੌਤ ਹੋ ਗਈ ਗੁਰਦੁਆਰਾ ਸਭਾ ਨੇ ਗੋ ਫੰਡ ਰਾਹੀਂ ਲੋਕਾਂ ਤੋਂ ਪੀੜਿਤ ਪਰਿਵਾਰ ਦੀ ਮਦਦ ਕਰਨ ਦੀ ਅਪੀਲ ਕੀਤੀ ਜਿਸ ਤਹਿਤ 10 ਘੰਟਿਆਂ ਵਿੱਚ 1,95,949 ਡਾਲਰ ਕਰੀਬ ਸਵਾ ਕਰੋੜ ਰੁਪਏ ਇਕੱਠੇ ਹੋ ਗਏ ਰਕਮ ਉਮੀਦ ਤੋਂ 4 ਗੁਣਾ ਵੱਧ ਹੋਣ ਕਾਰਨ ਪ੍ਰਬੰਧਕਾਂ ਨੂੰ ਫੰਡ ਰੋਕਣਾ ਪਿਆ ਮੈਰੀਟਾਈਮ ਸਿਕ ਸਭਾ ਵੱਲੋਂ ਫੰਡ ਵਿੱਚੋਂ ਮ੍ਰਿਤਕ ਦੀਆਂ ਅੰਤਿਮ ਰਸਮਾਂ ਦਾ ਖਰਚਾ ਕੱਟ ਕੇ ਬਾਕੀ ਰਕਮ ਮਾਪਿਆਂ ਨੂੰ ਜ਼ੋਪੀ ਜਾਵੇਗੀ ਪ੍ਰਾਪਤ ਜਾਣਕਾਰੀ ਅਨੁਸਾਰ ਗੁਰਸਿਮਰਨ ਕੌਰ 3 ਸਾਲ ਪਹਿਲਾਂ ਆਪਣੀ ਮਾਂ ਤੇ ਪਰਾਸਨ ਨੇ ਸਟੱਡੀ ਵੀਜ਼ੇ ਤੇ ਕੈਨੇਡਾ ਆਈ ਸੀ ਅਤੇ 2 ਸਾਲ ਤੋਂ ਵਾਲਮਾਰਟ ਸਟੋਰ ਵਿੱਚ ਕੰਮ ਕਰਦੀ ਸੀ। ਬੀਤੀ 19 ਅਕਤੂਬਰ ਦੀ ਰਾਤ ਸਟੋਰ ਦੇ ਪੋਟੇਬਲ ਬਾਕਸ ਓਵਨ ਵਿੱਚ ਪੇਤ ਭਰੀ ਹਾਲਤ ਵਿੱਚ ਜੁਲਸਨ ਮਗਰੋਂ ਉਸ ਦੀ ਮੌਤ ਹੋ ਗਈ। ਹਫਤੇ ਮਗਰੋਂ ਵੀ ਪੁਲਿਸ ਨੇ ਘਟਨਾ ਸਬੰਧੀ ਚੁੱਪ ਬੱਤੀ ਹੋਈ ਹੈ ਜਦਕਿ ਡਾਕਟਰੀ ਟੀਮ ਮੌਤ ਦੇ ਕਾਰਨ ਸਬੰਧੀ ਉਡੀਕ ਕਰਨ ਦਾ ਕਹਿ ਕੇ ਟਾਲ ਰਹੀ ਹੈ। ਪ੍ਰਬੰਧਕਾਂ ਨੇ ਕਿਹਾ ਹੈ ਕਿ ਸਟੋਰ ਬੰਦ ਹੋਣ ਕਾਰਨ ਵਿਲੇ ਹੋਏ ਮੁਲਾਜ਼ਮਾਂ ਦੀ ਤਨਖਾਹ ਵਿੱਚ ਕਟੌਤੀ ਨਹੀਂ ਕੀਤੀ ਜਾਵੇਗੀ ਹਾਲਾਂਕਿ ਇਸ ਵਿੱਚ ਕਤਲ ਦਾ ਸ਼ੱਕ ਵੀ ਜਤਾਇਆ ਜਾ ਰਿਹਾ ਹੈ ਕਿ ਸ਼ਾਇਦ ਲੜਕੀ ਦਾ ਕਤਲ ਕਰ ਦਿੱਤਾ ਗਿਆ ਹੋਵੇ ਕਿਉਂਕਿ ਉਸ ਦੀ ਮਾਦਾ ਇਹ ਕਹਿਣਾ ਹੈ ਕਿ ਓਵਨ ਵਾਲੀ ਮਸ਼ੀਨਾਂ ਉਸ ਦਿਨ ਨਹੀਂ ਚੱਲਦੀਆਂ ਹਨ ਜਿਸ ਦਿਨ ਉਸ ਦੀ ਬੇਟੀ ਓਵਨ ਦੇ ਵਿੱਚ ਰੂਲਸ ਕੇ ਮਰੀ ਹੈ ਸੋ ਇਸ ਸਾਰੇ ਦੇ ਵਿੱਚ ਸ਼ੱਕ ਦੀ ਜਿਹੜੀ ਗੜੀ ਹੈ ਓਬਰ ਕੇ ਸਾਹਮਣੇ ਆ ਰਹੀ ਹੈ ਕਿ ਆਖਿਰ ਕਿਸ ਵੱਲੋਂ ਇਹ ਸਭ ਕੁਝ ਕੀਤਾ ਗਿਆ ਹੈ ਜਾਂ ਤਾਂ ਉਸ ਦੀ ਹਤਿਆ ਕੀਤੀ ਗਈ ਹੈ ਜਾਂ ਫਿਰ ਖੁਦ ਹੀ ਓਵਨ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਫਸ ਕੇ ਚੁਲਸ ਕੇ ਮਰ ਗਈ ਹੈ 麦دونلڈ्स ਨੇ ਆਪਣੇ 14000 ਅਮਰੀਕੀ ਰੈਸਟੋਰੈਂਟ ਦੇ 5ਵੇਂ ਹਿੱਸੇ 'ਚ ਆਪਣੇ ਮੀਨੂ 'ਚ 1/4 ਪਾਊਂਡਰ ਹੈਮਬਰਗਰ ਨੂੰ ਹਟਾ ਦਿੱਤਾ ਹੈ। ਅਮਰੀਕੀ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦਾ ਕਹਿਣਾ ਹੈ ਕਿ ਜਿੰਨਾ 48 ਲੋਕਾਂ ਲਈ ਜਾਣਕਾਰੀ ਉਪਲਬਧ ਸੀ, ਉਹਨਾਂ ਦੇ ਵਿੱਚੋਂ 22 ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਅਤੇ 2 ਨੂੰ ਹੈਮੋਲਾਈਟਿਕ ਯੂਰੇਮਿਕ ਸਿੰਡਰੋਮ ਹੋ ਗਿਆ ਸੀ ਇੱਕ ਵਿਅਕਤੀ ਦੇ ਗੁਰਦੇ ਖਰਾਬ ਹੋਣ ਦਾ ਗੰਭੀਰ ਖਤਰਾ ਬਣਿਆ ਹੋਇਆ ਹੈ ਉਦਰੀ ਈ ਕੋਲੀ ਇਨਫੈਕਸ਼ਨ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਬਜ਼ੁਰਗਾਂ ਗਰਭਵਤੀ ਔਰਤਾਂ ਜਾਂ ਉਹਨਾਂ ਲੋਕਾਂ ਲਈ ਬਧੇਰੇ ਖਤਰਨਾਕ ਹੈ ਜਿਨ੍ਹਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੈ ਜੇਕਰ ਤੁਸੀਂ ਵੀ ਅਜਿਹੇ ਲੋਕਾਂ ਦੀ ਸੂਚੀ 'ਚ ਸ਼ਾਮਲ ਹੋ ਅਤੇ ਤੁਹਾਨੂੰ ਆਪਣੇ ਸਰੀਰ 'ਚ ਈ ਕੋਲੀ ਦੇ ਲੱਛਣ ਦਿਖਾਈ ਦੇ ਰਹੇ ਹਨ ਤਾਂ ਤੁਹਾਨੂੰ ਤੁਰੰਤ ਕਿਸੇ ਚੰਗੇ ਡਾਕਟਰ ਦੇ ਸਲਾਹ ਲੈਣੀ ਚਾਹੀਦੀ ਹੈ ਨਹੀਂ ਤਾਂ ਤੁਹਾਡੀ ਸਿਹਤ ਨੂੰ ਬਹੁਤ ਨੁਕਸਾਨ ਹੋ ਸਕਦਾ ਹੈ ਈ ਕੋਲੀ ਬੈਕਟੀਰੀਅਲ ਇਨਫੈਕਸ਼ਨ ਦੇ ਲੱਛਣ ਦੂਸ਼ਿਤ ਪੋਜਨ ਖਾਣ ਤੋਂ ਬਾਅਦ 1 ਜਾਂ 2 ਦਿਨਾਂ 'ਚ ਦਿਖਾਈ ਦੇ ਸਕਦੇ ਹਨ ਬੁਖਾਰ ਉਲਦੀਆਂ ਦਸਤ ਜਾਂ ਕੂਨੀ ਦਸ ਅਤੇ ਡੀਹਾਈਡਰੇਸ਼ਨ ਵਰਗੇ ਲੱਛਣ ਇਸ ਖਤਰਨਾਕ ਬਿਮਾਰੀ ਵੱਲ ਇਸ਼ਾਰਾ ਕਰਦੇ ਹਨ ਇਸ ਤੋਂ ਇਲਾਵਾ ਬਹੁਤ ਘੱਟ ਜਾਂ ਬਿਲਕੁਲ ਪਿਸ਼ਾਬ ਨਾ ਆਉਣਾ ਬਹੁਤ ਜ਼ਿਆਦਾ ਪਿਆਸ ਅਤੇ ਚੱਕਰ ਆਉਣਾ ਵੀ ਖਤਰੇ ਦੇ ਲੱਛਣ ਹੋ ਸਕਦੇ ਹਨ ਮਸ਼ਹੂਰ ਅਮਰੀਕੀ ਅਭਿਨੇਤਰੀ ਅਤੇ ਗਾਇਕਾ ਬਿዮਨਸੇ ਨੇ ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਲਈ ਰਾਤ ਨੂੰ ਪ੍ਰਚਾਰ ਕਰਦੇ ਹੋਏ ਇੱਥੇ ਇੱਕ ਰੈਲੀ ਵਿੱਚ ਕਿਹਾ ਕਿ ਮੈਂ ਇੱਥੇ ਕਿਸੇ ਸੈਲੀਬ੍ਰਿਟੀ ਵਜੋਂ ਕਿਸੇ ਨੇਤਾ ਵਜੋਂ ਨਹੀਂ ਆਈ ਹਾਂ ਸਗੋਂ ਮੈਂ ਇੱਥੇ ਇੱਕ ਮਾਂ ਦੇ ਰੂਪ ਵਿੱਚ ਆਈ ਹਾਂ ਅਜਿਹੀ ਮਾਂ ਜੋ ਆਪਣੇ ਬੱਚਿਆਂ ਦੀ ਦੁਨੀਆ ਦੀ ਬਹੁਤ ਪਰਵਾਹ ਕਰਦੀ ਹੈ ਅਤੇ ਸਾਡੇ ਸਾਰੇ ਬੱਚੇ ਅਜਿਹੀ ਦੁਨੀਆ ਵਿੱਚ ਰਹਿੰਦੇ ਹਨ ਜਿੱਥੇ ਸਾਨੂੰ ਆਪਣੇ ਸਰੀਰ ਤੇ ਨਿਯੰਤਰਣ ਕਰਨ ਦੀ ਆਜ਼ਾਦੀ ਹੈ ਇਕ ਜਹੀ ਦੁਨੀਆ ਜਿੱਤੇ ਅਸੀਂ ਵੰਡੇ ਹੋਏ ਨਹੀਂ ਹਾਂ ਬਿਓਨਸੇ ਨੇ ਕਿਹਾ ਕਿ ਕਲਪਨਾ ਕਰੋ ਕਿ ਸਾਡੀਆਂ ਧੀਆਂ ਇਹ ਵੇਖਦੇ ਹੋਏ ਵੰਡੀਆਂ ਹੋਈ ਉਹ ਵੱਡੀਆਂ ਹੋ ਰਹੀਆਂ ਹਨ ਕਿ ਬਿਨਾ ਕਿਸੇ ਪਾਬੰਦੀ ਦੇ ਕੀ ਕੁਝ ਸੰਭਵ ਹੈ ਸਾਨੂੰ ਵੋਟ ਪਾਉਣੀ ਚਾਹੀਦੀ ਹੈ ਅਤੇ ਸਾਨੂੰ ਤੁਹਾਡੀ ਲੋੜ ਹੈ ਬਿਓਨਸੇ ਇਸ ਸਟੇਜ 'ਤੇ ਹੈਰੀਸੀ ਜਾਨ ਪਛਾਣ ਕਰਾਉਂਦੇ ਹੋਏ ਕਿਹਾ ਲੇਡੀਜ਼ ਐਂਡ ਜੈਂਟਲਮੈਨ ਕਿਰਪਾ ਕਰਕੇ ਅਮਰੀਕਾ ਦੀ ਅਗਲੀ ਰਾਸ਼ਟਰਪਤੀ ਉਪ ਰਾਸ਼ਟਰਪਤੀ ਕਮਲਾ ਹੈਰੀਸਾ ਟੈਕਸਾਸ ਵਿੱਚ ਨਿੱਕਾ ਸਵਾਗਤ ਕਰੋ ਅਮਰੀਕੀ ਭੈਣਤਰੀ ਨੇ ਇਸ ਵਾਰ ਚੋਣ ਪ੍ਰਚਾਰ ਦੌਰਾਨ ਪੇਸ਼ਕਾਰੀ ਨਹੀਂ ਦਿੱਤੀ ਜਦਕਿ 2016 ਦੇ ਵਿੱਚ ਉਹਨਾਂ ਨੇ ਕਲੀਵਲੈਂਡ ਵਿੱਚ ਹਿਲੇਰੀ ਕਲਿੰਟਨ ਲਈ ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਪ੍ਰਚਾਰ ਕਰਦੇ ਹੋਏ ਪੇਸ਼ਕਾਰੀ ਦਿੱਤੀ ਸੀ ਹਿਊਸਟਨ ਬਿਓਨਸੇ ਦਾ ਜੱਦੀ ਸ਼ਹਿਰ ਹੈ ਅਤੇ ਉਹਨਾਂ ਦੇ 2016 ਦੇ ਗੀਤ ਫਰੀडम ਦਾ ਹੈਰਿਸ ਦੀ ਪ੍ਰਚਾਰ ਟੀਮ ਨੇ ਇਸਤੇਮਾਲ ਕੀਤਾ ਹੈ ਬਿਓਨਸੇ ਨੇ ਹੈਰਿਸ ਨੂੰ ਇਸ ਗੀਤ ਦੀ ਵਰਤੋਂ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ ਅਮਰੀਕਾ ਨੇ ਈਰਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਇਜ਼ਰਾਈਲ ਤੋਂ ਬਦਲਾ ਲੈਣ ਦੀ ਸੋਚ ਨੂੰ ਪਾਸੇ ਰੱਖੇ ਅਮਰੀਕਾ ਵੱਲੋਂ ਇਸ ਚੇਤਾਵਨੀ ਨੂੰ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਤਣਾਅ ਨੂੰ ਘੱਟ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ ਇਜ਼ਰਾਈਲ ਨੇ ਸ਼ਨੀਵਾਰ ਨੂੰ ਈਰਾਨ ਦੇ ਫੌਜੀ ਟਿਕਾਣਿਆਂ ਤੇ ਹਮਲਾ ਕੀਤਾ ਇਹ ਹਮਲੇ 1 ਅਕਤੂਬਰ ਨੂੰ ਈਰਾਨ ਵੱਲੋਂ ਮਿਜ਼ਾਈਲਾਂ ਦਾਗਣ ਦੇ ਬਦਲੇ ਵਿੱਚੋਂ ਕੀਤੇ ਗਏ ਸਨ ਹਾਲਾਂਕਿ ਅਮਰੀਕਾ ਅਤੇ ਹੋਰ ਦੇਸ਼ਾਂ ਦੀਆਂ ਚੇਤਾਵਨੀਆਂ ਦਾ ਈਰਾਨ ਤੇ ਕੋਈ ਅਸਰ ਹੁੰਦਾ ਨਜ਼ਰ ਨਹੀਂ ਆ ਰਿਹਾ ਉਹ ਇਜ਼ਰਾਈਲ ਤੋਂ ਬਦਲਾ ਲੈਣ ਤੇ ਅੜਿਆ ਹੋਇਆ ਹੈ। ਈਰਾਨ ਦਾ ਕਹਿਣਾ ਹੈ ਕਿ ਉਹ ਆਪਣੀ ਰੱਖਿਆ ਲਈ ਜ਼ਰੂਰੀ ਕਦਮ ਚੁਕੇਗਾ। ਈਰਾਨ ਮੁਤਾਬਕ ਇਜ਼ਰਾਈਲੀ ਹਮਲੇ 'ਚ 4 ਸੈਨਿਕ ਮਾਰੇ ਗਏ ਹਨ। ਈਰਾਨ ਦੀ ਧਮਕੀ ਤੋਂ ਬਾਅਦ ਮੱਧ ਪੂਰਬ 'ਚ ਵੱਡੇ ਪੱਧਰ ਤੇ ਜੰਗ ਦਾ ਖਤਰਾ ਮੰਡਰਾ ਰਿਹਾ ਹੈ। ਉਤੇ ਹੀ ਈਰਾਨ ਦੀ ਧਮਕੀ ਤੋਂ ਬਾਅਦ ਇਜ਼ਰਾਈਲ ਨੇ ਵੀ ਇਸ ਦਾ ਜਵਾਬ ਦਿੱਤਾ ਹੈ। ਇਜ਼ਰਾਈਲ ਨੇ ਕਿਹਾ ਸੀ ਕਿ ਜੇਕਰ ਉਸਨੇ ਹਮਲਿਆ ਦਾ ਜਵਾਬ ਦੇਣ ਬਾਰੇ ਸੋਚਿਆ ਵੀ ਤਾਂ ਉਸ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ। ਇਸ ਤੋਂ ਬਾਅਦ ਅਮਰੀਕਾ, ਜਰਮਨੀ ਅਤੇ ਬ੍ਰਿਟੇਨ ਨੇ ਵੀ ਈਰਾਨ ਨੂੰ ਸੰਘਰਸ਼ ਨੂੰ ਅੱਗੇ ਨਾ ਲਿਜਾਣ ਲਈ ਕਿਹਾ ਹੈ। ਇਸ ਨਾਲ ਹੀ ਈਰਾਨ ਨੇ ਜ਼ੋਰ ਦੇ ਕੇ ਕਿਹਾ ਕਿ ਉਸ ਨੂੰ ਆਤਮ ਰੱਖਿਆ ਦਾ ਅਧਿਕਾਰ ਹੈ। ਈਰਾਨ ਦੇ ਲਿਬਨਾਨੀ ਸਹਿਯੋਗੀ ਹਿਜ਼ਬੁੱਲਾ ਨੇ ਵੀ ਇਸ ਨਾਲ ਫੌਜਾਂ ਨੂੰ ਜੋੜਨਾ ਸ਼ੁਰੂ ਕਰ ਦਿੱਤਾ ਹੈ। ਮੈਕਸੀਕੋ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਸਵਾਰੀਆਂ ਨਾਲ ਭਰੀ বাস ਪਿੱਛੇ ਤੋਂ ਮੱਕੀ ਨਾਲ ਭਰੀ ਟਰੈਕਟਰ ਟਰਾਲੀ ਦੇ ਨਾਲ ਟਕਰਾ ਗਈ ਟੱਕਰ ਹੁੰਦੇ ਹੀ ਦੋਵੇਂ ਵਾਹਨ ਟੋਏ ਵਿੱਚ ਜਾ ਡਿੱਗੇ ਇਸ ਹਾਦਸੇ ਵਿੱਚ 19 ਲੋਕਾਂ ਦੀ ਮੌਤ ਹੋ ਗਈ ਹੈ ਅਤੇ 6 ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਇਹ ਹਾਦਸਾ ਮੈਕਸੀਕੋ ਸੂਬੇ ਦੇ ਜਕਾਰ ਟੈਕਸ ਚ ਨੈਸ਼ਨਲ ਹਾਈਵੇ ਤੇ ਵਾਪਰਿਆ ਜ਼ਕਾਟੇਕਸ ਦੇ ਗਵਰਨਰ ਨੇ ਹਾਸੇ ਦੀ ਪੁਸ਼ਟੀ ਕੀਤੀ ਹੈ ਪੁਲਿਸ ਟਰੈਕਟਰ ਟਰਾਲੀ ਦੇ ਡਰਾਈਵਰ ਦੀ ਗ੍ਰਿਫਤਾਰੀ ਲਈ ਛਾਪੇ ਮਾਰੀ ਕਰ ਰਹੀ ਹੈ ਬਚਾਅਦਾਰ ਅਤੇ ਫੋਰਸ ਦੇ ਜਵਾਨਾਂ ਨੇ ਮੌਕੇ ਤੇ ਪਹੁੰਚ ਕੇ ਬਚਾਅ ਕਾਰਜ ਚਲਾਇਆ ਹੈ ਜ਼ਖਮੀਆਂ ਨੂੰ ਟੋਏ ਚੋਂ ਕੱਢ ਕੇ ਸੜਕ ਤੇ ਲਜਾਇਆ ਗਿਆ ਪਰ ਉਦੋਂ ਤੱਕ ਲੋਕਾਂ ਦੀ ਮੌਤ ਹੋ ਚੁੱਕੀ ਸੀ ਜ਼ਖਮੀਆਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਅਤੇ ਉਹਨਾਂ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਹੈ ਅਮਰੀਕਾ ਨੇ ਕਿਹਾ ਹੈ ਕਿ ਈਰਾਨ ਤੇ ਇਜ਼ਰਾਈਲ ਦੇ ਹਮਲਿਆਂ ਨਾਲ ਹਿਸਾਬ ਬਰਾਬਰ ਹੋ ਗਿਆ ਅਤੇ ਹੁਣ ਦੋਵਾਂ ਦੁਸ਼ਮਣ ਦੇਸ਼ਾਂ ਵਿਚਾਲੇ ਸਿੱਧੇ ਫੌਜੀ ਹਮਲੇ ਬੰਦ ਹੋਣੇ ਚਾਹੀਦੇ ਹਨ। ਅਮਰੀਕਾ ਨੇ ਹੁਣ ਈਰਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਇਜ਼ਰਾਈਲ ਖਿਲਾਫ ਜਵਾਬੀ ਕਾਰਵਾਈ ਕਰਦਾ ਹੈ ਤਾਂ ਉਸ ਨੂੰ ਨਤੀਜੇ ਭੁਗਤਨੇ ਪੈਣਗੇ। ਵਾਈਟ ਹਾਊਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਓਨਾਦਾ ਪ੍ਰਸ਼ਾਸਨ ਮੰਨਦਾ ਹੈ ਕਿ ਇਜ਼ਰਾਈਲੀ ਫੌਜੀ ਮੁਹਿੰਮ ਤੋਬਾਦ ਹੁਣ ਦੋਮਾ ਦੇਸ਼ਾਂ ਵਿਚਾਲੇ ਸਿੱਧੇ ਫੌਜੀ ਹਮਲੇ ਬੰਦ ਹੋਣੇ ਚਾਹੀਦੇ ਹਨ ਅਤੇ ਉਸਨੇ ਕਿਹਾ ਕਿ ਹੋਰ ਸਹਿ ਹੋਗੀ ਦੇਸ਼ ਵੀ ਇਸ ਨਾਲ ਸਹਿਮਤ ਹਨ ਅਮਰੀਕਾ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੂੰ ਉਹਨਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਾਨ ਨੇ ਦਿਨ ਪਰ ਚੱਲੇ ਆਪਰੇਸ਼ਨ ਦੀ ਜਾਣਕਾਰੀ ਦਿੱਤੀ ਵਾਈਟ ਹਾਊਸ ਦੇ ਨਿਯਮਾਂ ਦੇ ਅਨੁਸਾਰ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਅਧਿਕਾਰੀ ਨੇ ਦੱਸਿਆ ਕਿ ਇਜ਼ਰਾਈਲੀ ਮੁਹਿੰਮ ਵਿਆਪਕ ਸਟੀਕ ਅਤੇ ਨਿਸ਼ਾਨਾ ਸੀ ਉਨਾਂ ਨੇ ਵੀ ਕਿਹਾ ਕਿ ਇਸ ਹਮਲੇ ਵਿੱਚ ਅਮਰੀਕਾ ਦੀ ਕੋਈ ਸ਼ਮੂਲੀਅਤ ਨਹੀਂ ਹੈ। ਪਾਕਿਸਤਾਨ ਚ ਕਾਨੂੰਨ ਵਿਵਸਥਾ ਦੀ ਸਥਿਤੀ ਵੱਧ ਤੋਂ ਵੱਧਰ ਹੁੰਦੀ ਜਾ ਰਹੀ ਹੈ। ਕਾਨੂੰਨ ਵਿਵਸਥਾ ਦੀ ਸਥਿਤੀ ਦੇ ਮਾਮਲੇ ਚ ਇਹ ਦੁਨੀਆ ਦਾ ਤੀਜਾ ਸਭ ਤੋਂ ਖਰਾਬ ਦੇਸ਼ ਹੈ। ਇਸ ਨੂੰ ਵਰਲਡ ਜਸਟਿਸ ਪ੍ਰੋਜੈਕਟ ਰੂਲ ਆਫ ਲਾ ਇੰਡੈਕਸ ਚ 142 ਦੇਸ਼ਾਂ ਜੋ 140ਵਾਂ ਸਥਾਨ ਦਿੱਤਾ ਗਿਆ ਹੈ। ਮਾਲੀ ਤੇ ਨਾਈਜੀਰੀਆ ਹੀ ਅਜਿਹੇ ਦੇਸ਼ਾਂ ਜਿਹੜੇ ਖਰਾਬ ਕਾਨੂੰਨ ਵਿਵਸਥਾ ਦੇ ਮਾਮਲੇ ਚ ਪਾਕਿਸਤਾਨ ਤੋਂ ਹੇਠਾਂ ਬਿਹਤਰ ਕਾਨੂੰਨ ਵਿਵਸਥਾ ਦੇ ਮਾਮਲੇ 'ਚ ਡੈਨਮਾਰਕ ਪਹਿਲੇ ਤੇ ਹੈ ਉਸ ਤੋਂ ਬਾਅਦ ਨਾਰਵੇ ਫਿਨਲੈਂਡ ਸਵੀਡਨ ਤੇ ਜਰਮਨੀ ਦਾ ਸਥਾਨ ਹੈ ਰਿਪੋਰਟ 'ਚ ਵੱਖ-ਵੱਖ ਕਾਰਕਾਂ ਦੇ ਆਧਾਰ ਤੇ ਦੇਸ਼ਾਂ ਦਾ ਮੁਲਾਂਕਣ ਕੀਤਾ ਗਿਆ ਹੈ ਇਸ 'ਚ ਸਰਕਾਰੀ ਸ਼ਕਤੀਆਂ ਤੇ ਰੁਕਾਵਟਾਂ ਪ੍ਰਸ਼ਾਚਾਰ ਦੀ ਗੈਰ ਹਾਜ਼ਰੀ ਮੌਲਿਕ ਅਧਿਕਾਰ ਵਿਵਸਥਾ ਤੇ ਸੁਰੱਖਿਆ ਰੈਗੂਲੇਟਰੀ ਇਨਫੋਰਸਮੈਂਟ ਆਦਿ ਸ਼ਾਮਲ ਹਨ ਰੀਪੋਰਟ ਤੋਂ ਪਤਾ ਲੱਗਦਾ ਹੈ ਕਿ ਪਾਕਿਸਤਾਨ ਦੀ ਕਾਨੂੰਨ ਵਿਵਸਥਾ 'ਚ ਭਾਰੀ ਗਿਰਾਵਟ ਆਈ ਹੈ। ਰਿਪੋਰਟਾਂ ਨਾ ਸਿਰਫ ਸੂਬੇ 'ਚ ਵਿਗੜਦੀ ਕਾਨੂੰਨ ਵਿਵਸਥਾ ਨੂੰ ਦਰਸਾਉਂਦੀ ਹੈ, ਬਲਕਿ ਉਸ ਸਰਕਾਰ ਤੇ ਭਰੋਸੇ ਦੇ ਟੁੱਟਣ ਨੂੰ ਵੀ ਦਰਸਾਉਂਦੀ ਹੈ ਜਿਸ ਦਾ ਕੰਮ ਦੇਸ਼ ਦੀ ਅਖੰਡਤਾ ਨੂੰ ਬਣਾਈ ਰੱਖਣਾ ਹੈ। ਦਿੱਲੀ ਪੁਲਿਸ ਨੇ ਆਈਜੀਆਈ 에어ਪੋਰਟ ਤੇ ਬੰਬ ਦੀ ਧਮਕੀ ਦੇਣ ਦੇ ਦੋਸ਼ 'ਚ ਸ਼ੁਭਮ ਉਪਾਧਿਆਏ ਨੂੰ ਨਾਂ ਦੇ ਇਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸਾ ਕਹਿਣਾ ਹੈ ਕਿ ਸ਼ੁਗਬ ਨੇ ਟੈਲੀਵਿਜ਼ਨ ਤੇ ਇਸ ਤਰ੍ਹਾਂ ਦੀਆਂ ਖਬਰਾਂ ਦੇਖ ਕੇ ਧਿਆਨ ਖਿੱਚਣ ਲਈ ਸੋਸ਼ਲ ਮੀਡੀਆ ਰਾਹੀਂ ਧਮਕੀ ਦਿੱਤੀ ਸੀ 25 ਅਤੇ 26 ਅਕਤੂਬਰ 2024 ਦੀ ਰਾਤ ਨੂੰ ਆਈਜੀਆਈ ਹਵਾਈ ਅੱਡੇ ਤੇ ਦੋ ਸ਼ੱਕੀ ਬੰਬ ਧਮਕੀ ਸੰਦੇਸ਼ ਪ੍ਰਾਪਤ ਹੋਏ ਸਨ ਇਨ੍ਹਾਂ ਸੰਦੇਸ਼ਾਂ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ ਸਾਰੇ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕੀਤੀ ਗਈ ਸੀ ਪਰ ਬਾਅਦ ਵਿੱਚ ਇਹ ਖੁਲਾਸਾ ਹੋਇਆ ਕਿ ਧਮਕੀਆਂ ਫਰਜ਼ੀ ਸਨ ਜਾਂ ਦੌਰਾਨ ਸਾਹਮਣੇ ਆਇਆ ਕਿ ਇਹ ਮੈਸੇਜ ਦਿੱਲੀ ਦੇ ਉੱਤਮ ਨਗਰ ਦੇ ਰਹਿਣ ਵਾਲੇ ਸ਼ੁਭਮ ਉਪਾਦਿਆਏ ਨੇ ਭੇਜੇ ਸਨ ਪੁਲਿਸ ਨੇ ਮੈਨੂਅਲ ਅਤੇ ਟੈਕਨੀਕਲ ਇੰਟੈਲੀਜੈਂਸ ਦੀ ਮਦਦ ਨਾਲ ਸ਼ੁਭਮ ਨੂੰ ਗ੍ਰਿਫਤਾਰ ਕਰ ਲਿਆ ਪੁਸ਼ਕੀ ਦੌਰਾਨ ਸ਼ੁਭਮ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਉਸ ਨੇ ਦੱਸਿਆ ਕਿ ਉਸ ਨੇ ਟੀਵੀ ਤੇ ਇਸੇ ਤਰ੍ਹਾਂ ਦੀਆਂ ਖਬਰਾਂ ਦੇਖ ਕੇ ਧਿਆਨ ਖਿੱਚਣ ਲਈ ਬੰਬ ਦੀ ਧਮਕੀ ਦਿੱਤੀ ਸੀ ਮਾਮਲੇ ਦੀ ਜਾਂਚ ਅਜੇ ਜਾਰੀ ਹੈ ਪੁਲਿਸ ਨੇ ਲੋਕਾਂ ਨੂੰ ਪ੍ਰੋਸਾ ਦਿੱਤਾ ਹੈ ਕਿ ਸੁਰੱਖਿਆ ਦੇ ਸਾਰੇ ਉਪਾਅ ਕੀਤੇ ਗਏ ਹਨ ਅਤੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਹਰ ਕਿਸੇ ਨੂੰ ਸੁਚੇਤ ਰਹਿਣ ਅਤੇ ਸ਼ੱਕੀ ਗਤੀਵਿਧੀਆਂ ਦੀ ਰਿਪੋਰਟ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਹਾਲੀ ਦੇ ਸਮੇਂ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਬੰਬ ਦੀਆਂ ਧਮਕੀਆਂ ਦੀਆਂ ਖਬਰਾਂ ਵੱਧ ਰਹੀਆਂ ਹਨ। ਵੱਖ-ਵੱਖ 에ਅਰਲਾਈਨ ਕੰਪਨੀਆਂ ਦੀਆਂ ਫਲਾਈਟਾਂ ਨੂੰ ਲਗਾਤਾਰ ਬੰਬ ਦੀਆਂ ਧਮਕੀਆਂ ਮਿਲ ਰਹੀਆਂ ਹਨ। ਸ਼ੁਰੂ ਵਿੱਚ ਇਹ ਧਮਕੀਆਂ ਕੁਝ ਜਹਾਜ਼ਾਂ ਤੱਕ ਸੀਮਿਤ ਸਨ। ਮਰਹੂਨ ਇੱਕ ਗਿਣਤੀ ਵਧ ਰਹੀ ਹੈ ਹਾਲ ਹੀ ਚ ਕੁੱਲ 27 ਜਹਾਜ਼ਾਂ ਨੂੰ ਬੰਬ ਦੀਆਂ ਧਮਕੀਆਂ ਮਿਲੀਆਂ ਸਨ ਜਿਸ ਕਾਰਨ ਯਾਤਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ ਸੁਰੱਖਿਆ ਏਜੰਸੀਆਂ ਇਨ੍ਹਾਂ ਧਮਕੀਆਂ ਦੀ ਜਾਂਚ ਕਰ ਰਹੀਆਂ ਹਨ ਅਤੇ ਜ਼ਿਆਦਾਤਰ ਮਾਮਲੇ ਫਰਜ਼ੀ ਸਾਬਤ ਹੋ ਰਹੇ ਹਨ ਅਮਰੀਕਾ ਦੇ ਵਰਜੀਨੀਆ ਸ਼ਹਿਰ ਦੇ ਇੱਕ ਲੋਟਰੀ ਜਿੱਤਣ ਦਾ ਮਜ਼ਾਕ ਡੋਣ ਵਾਲੇ ਵਿਅਕਤੀ ਨੇ 1 ਮਿਲੀਅਨ ਡਾਲਰ ਤਕਰੀਬਨ 8 ਕਰੋੜ ਤੋਂ ਵੀ ਜ਼ਿਆਦਾ ਰੁਪਏ ਦਾ ਜੈਕਪੌਟ ਜਿੱਤ ਲਿਆ ਵਰਜੀਨੀਆ ਦੇ ਰੁਨੇਕੇ ਦਾ ਰਹਿਣ ਵਾਲਾ ਜਾਜ ਹਰਟ ਨਾਮੀ ਵਿਅਕਤੀ ਆਪਣੀ ਦੁਪਹਿਰ ਦੇ ਖਾਣੇ ਦੀ ਬ੍ਰੇਕ ਦੌਰਾਨ ਦੋ ਸਹਿ ਕਰਮੀਆਂ ਦੇ ਨਾਲ ਕਲੋਵਰ ਡੇਲ ਰੋਡ ਤੇ ਮਾਰਕੀਟ ਦਾ ਦੌਰਾ ਕਰ ਰਿਹਾ ਸੀ ਜਦੋਂ ਉਸ ਨੇ ਜੈਕਪੌਟ ਜਿੱਤਣ ਦਾ ਮਜ਼ਾਕ ਉਡਾਇਆ ਉਸ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਉਹ ਵਰਜੀਨੀਆ ਲੋਟਰੀਜ਼ ਕੈਚ ਆਫ ਗੇਮ ਵਿੱਚ ਛੋਟੀ ਦਾ ਇਨਾਮ ਜਿੱਤਣ ਵਾਲਾ ਸੀ ਇਹ ਲੋਟਰੀ 6 ਲੱਖ ਵਿੱਚੋਂ 1 ਤੋਂ ਵੱਧ ਦੀ ਸੰਭਾਵਨਾ ਦੇ ਵਿਰੁੱਧ ਹੁੰਦੀ ਹੈ ਅਤੇ ਇੱਕ ਹੀ ਜਿੱਤ ਹੋ ਸਕਦਾ ਹੈ ਜਾਜ ਹਟ ਨੇ ਇੱਕ ਭਾਰਤੀ ਦੇਸ਼ ਤੋਂ ਚਾਰ ਸਕ੍ਰੈਚ ਆਫ ਟਿਕਟਾਂ ਖਰੀਦੀਆਂ ਅਤੇ ਉਹਨਾਂ ਵਿੱਚੋਂ ਇੱਕ ਵਿੱਚੋਂ ਵਰਜੀਨੀਆ ਮਿਲੀਅਨਸ ਨਾਂ ਦੀ ਟਿਕਟ ਵਿੱਚ 1 ਮਿਲੀਅਨ ਡਾਲਰ ਦਾ ਇਨਾਮ ਲੱਗ ਗਿਆ। ਜਾਜ ਹਟ 13 ਸਾਲਾਂ ਤੋਂ ਲੋਟਰੀ ਖੇਡਿਆ ਹੈ। ਇਹ ਇੱਕ ਕਿਸਮਤ ਦਾ ਕਮਾਲ ਦਾ ਮੋੜ ਸੀ। ਜਿਵੇਂ ਕਿ ਉਸਨੇ ਕਿਹਾ ਕਿ ਇਹ ਇਸ ਗੱਲ ਦਾ ਸਬੂਤ ਹੈ ਕਿ ਪ੍ਰਾਰਥਨਾਵਾਂ ਦਾ ਪਰਮਾਤਮਾ ਵੱਲੋਂ ਜਵਾਬ ਮਿਲਦਾ ਹੈ। ਜੇਤੂ ਹਾਰਟ ਨੇ ਟੈਕਸਾਸ ਤੋਂ ਪਹਿਲਾਂ 5,71,000 ਡਾਲਰ ਦੇ ਇੱਕ ਵਾਰ ਇੱਕ ਮਸ਼ਹੂਰ ਪਕਤਾਨ ਵੱਜੋਂ ਆਪਣੀ ਜਿੱਤ ਨੂੰ ਲੈਣ ਦੀ ਚੋਣ ਕੀਤੀ। ਉਸਨੇ ਅਜੇ ਤੱਕ ਕੋਈ ਯੋਜਨਾਵਾਂ ਸਾਂਝੀਆਂ ਨਹੀਂ ਕੀਤੀਆਂ ਕਿ ਉਹ ਪੈਸੇ ਦੀ ਵਰਤੋਂ ਕਿਵੇਂ ਕਰੇਗਾ। ਲੋਟਰੀ ਵਿਕਰੇਤਾ ਮਿੰਟ ਮਾਰਕੀਟ ਦੇ ਮਾਲਕ ਤੀਮੇਰ ਪਟੇਲ ਨੇ ਜਿੱਤਣ ਵਾਲੀ ਟਿਕਟ ਵੇਚ ਕੇ ਬਹੁਤ ਖੁਸ਼ੀ ਮનાਈ ਹੈ ਅਤੇ ਜੈਕਪੌਟ ਜਿੱਤਣ ਵਾਲੀ ਟਿਕਟ ਵੇਚਣ ਲਈ ਉਸਨੂੰ 10,000 ਡਾਲਰ ਦਾ ਕਮਿਸ਼ਨ ਮਿਲਿਆ ਹੈ। ਪਟੇਲੇ ਗਿਆ ਕਿ ਇਹ ਬੋਨਸ ਸਟੋਰ ਦੇ ਖਰਚਿਆਂ ਨੂੰ ਪੂਰਾ ਕਰਨ ਵਿੱਚ ਮਦਦ ਕਰੇਗਾ ਜਿਸ ਨਾਲ ਜਿਤ ਖਾਸ ਤੌਰ ਤੇ ਉਸ ਦੇ ਅਤੇ ਉਸ ਦੇ ਕਾਰੋਬਾਰ ਲਈ ਪ੍ਰਸਿੱਧੀ ਹੋਵੇਗੀ ਅਤੇ ਮੇਰੇ ਲਈ ਇਹ ਇੱਕ ਵੱਡੀ مالی ਮਦਦ ਹੈ 10000 ਡਾਲਰ ਸਾਡੇ ਬਿਜ਼ਨਸ ਲਈ ਇੱਕ ਲੰਮਾ ਸਫਰ ਤੈਅ ਕਰਦਾ ਹੈ ਕ੍ਰਿਪਟੋ ਕਰੰਸੀ ਨੂੰ ਲੈ ਕੇ ਦੁਨੀਆ ਭਰ ਚ ਕਾਫੀ क्रेज ਦੇਖਿਆ ਜਾ ਰਿਹਾ ਹੈ ਬਹੁਤ ਸਾਰੇ ਲੋਕ ਸਟਾਕਾਂ ਦੀ بجائے ਇਸ ਵਿੱਚ ਨਿਵੇਸ਼ ਕਰਨਾ ਪਸੰਦ ਕਰਦੇ ਹਨ ਹਾਲਾਂਕਿ ਇਹ ਕਾਨੂੰਨੀ ਟੈਂਡਰ ਨਹੀਂ ਹੈ ਇਸ ਦੇ ਬਾਵਜੂਦ ਲੋਕ ਇਸ ਵਿੱਚ ਨਿਵੇਸ਼ ਕਰਦੇ ਹਨ ਇਹ ਕਰੰਸੀ ਭਾਰਤ ਵਿੱਚ ਵੀ ਜਾਇਜ਼ ਨਹੀਂ ਹੈ ਆਰਬੀਆ গভর্নর ਸ਼ਕਤੀਕਾਂਤ ਦਾਸ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਉਨ੍ਹਾਂ ਨੇ ਇੱਕ ਪ੍ਰੋਗਰਾਮ ਆਯੋਜਿਤ ਥਿੰਕ ਟੈਂਕਸ ਮਗਮ ਵਿੱਚ ਸ਼ਾਮਲ ਹੋਏ ਅਤੇ ਕਿਹਾ ਇਸ ਪ੍ਰੋਗਰਾਮ ਵਿੱਚ ਉਹਨਾਂ ਨੇ ਇਸ ਬਾਰੇ ਗੱਲ ਕੀਤੀ ਕਿ ਕਿਵੇਂ ਕ੍ਰਿਪਟੋ ਕਰੰਸੀ ਇੱਕ ਚੁਣੌਤੀ ਬਣ ਰਹੀ ਹੈ। ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀ ਕਾਂਦਾਸ ਦਾ ਕਹਿਣਾ ਹੈ ਕਿ ਕ੍ਰਿਪਟੋ ਕਰੰਸੀ ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਇਸ ਦਾ ਦੇਸ਼ ਦੀ ਆਰਥਿਕ ਹਾਲਤ ਤੇ ਮਾੜਾ ਅਸਰ ਪੈਂਦਾ ਹੈ। ਹਾਲ ਹੀ ਦੇ ਵਿੱਚ ਸ਼ਕਤੀ ਕਾਂਦਾਸ ਨੇ ਕਿਹਾ ਕਿ ਕ੍ਰਿਪਟੋ ਕਰੰਸੀ ਪੈਸੇ ਦੀ ਸਪਲਾਈ ਨੂੰ ਪ੍ਰਭਾਵਿਤ ਕਰੇਗੀ। ਜੇ ਲੋਕ ਕ੍ਰਿਪਟੋਵਲ ਜ਼ਿਆਦਾ ਚੁਕਾਰ ਰੱਖਦੇ ਹਨ ਤਾਂ ਕੇਂਦਰੀ ਬੈਂਕ ਪੈਸੇ ਦੀ ਸਪਲਾਈ ਦੇ ਆਪਣਾ ਕੰਟਰੋਲ ਗਵਾ ਸਕਦਾ ਹੈ ਉਸਨੇ ਵੀ ਕਿਹਾ ਕਿ ਕ੍ਰਿਪਟੋ ਵਿੱਤੀ ਸਥਿਰਤਾ ਦੇ ਨਾਲ-ਨਾਲ ਮੁਦਰਾ ਸਥਿਰਤਾ ਲਈ ਖਤਰਾ ਹੈ ਸ਼ਕਤੀ ਗੰਦਾਂਸ ਨੇ ਅਗੇ ਕਿਹਾ ਕਿ ਮੈਂ ਇਸ ਗੱਲ ਦੇ ਪੱਖ 'ਚ ਹਾਂ ਕਿ ਜਦੋਂ ਫਾਈਨੈਂਸ਼ੀਅਲ ਸਿਸਟਮ 'ਚ ਕੋਈ ਚੀਜ਼ ਮਨਜ਼ੂਰ ਨਹੀਂ ਹੈ ਤਾਂ ਉਸ ਤੇ ਪਾਬੰਦੀ ਲਗਾਉਣਾ ਬਿਹਤਰ ਹੈ ਜੇਕਰ ਇਸ ਨੂੰ ਸਮੇਂ ਸਿਰ ਨਾ ਰੋਕਿਆ ਗਿਆ ਤਾਂ ਇਹ ਆਰਥਿਕ ਤੌਰ ਤੇ ਵੱਡਾ ਖਤਰਾ ਬਣ ਸਕਦਾ ਹੈ ਜੇਕਰ ਕੇਂਦਰ ਬੈਂਕ ਪੈਸੇ ਦੀ ਸਪਲਾਈ ਤੇ ਕੰਟਰੋਲ ਰੱਖਦਾ ਹੈ ਤਾਂ ਇਸ ਦਾ ਸਿੱਧਾ ਅਸਰ ਦੇਸ਼ ਦੀ ਆਰਥਿਕਤਾ ਤੇ ਪੈਂਦਾ ਹੈ ਅਜਿਹਾ ਹੋਣ ਤੋਂ ਬਾਅਦ ਕੇਂਦਰੀ ਬੈਂਕ ਵਿੱਤੀ ਪ੍ਰਣਾਲੀ ਦੀ ਤਰਲਤਾ ਦੀ ਜਾਂਚ ਨਹੀਂ ਕਰ ਸਕਦਾ ਇਸ ਇਲਾਵਾ ਦੇਸ਼ ਦੀ ਮਹਿੰਗਾਈ ਵੀ ਆਪਣੇ ਸਿਖਰ ਤੇ ਪਹੁੰਚ ਜਾਵੇਗੀ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਅਸੀਂ ਕ੍ਰਿਪਟੋ ਨੂੰ ਵੱਡੇ ਖਤਰੇ ਦੇ ਰੂਪ ਚ ਦੇਖਦੇ ਹਾਂ ਅੱਜ ਕ੍ਰਿਪਟੋ ਲੈਣ ਦੇਣ ਕ੍ਰੋਸ ਕੰਟਰੀ ਹੁੰਦੇ ਹਨ ਯਾਨੀ ਕਿ ਕਿਰਪਰੋ ਦੇ ਖਤਰਿਆਂ ਨੂੰ ਉਜਾਗਰ ਕਰਦੇ ਹੋਏ ਦਾਸ ਨੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ ਤੇ ਇਸ ਬਾਰੇ ਫੈਸਲਾ ਲੈਣ ਦੀ ਲੋੜ ਹੈ ਦਰਅਸਲ ਕ੍ਰਿਪਟੋ ਲੈਂਡਨ ਵਿਸ਼ਵ ਪੱਧਰ ਤੇ ਹੋ ਰਿਹਾ ਹੈ ਇਹ ਸਿਰਫ ਇੱਕ ਦੇਸ਼ ਲਈ ਹੀ ਨਹੀਂ ਸਗੋ ਸਾਰਿਆਂ ਲਈ ਕਾਫੀ ਖਤਰਨਾਕ ਹੈ ਅਜਿਹੇ ਸਾਰੇ ਦੇਸ਼ਾਂ ਨੂੰ ਇਕਜੁੱਟ ਹੋ ਕੇ ਕ੍ਰਿਪਟੋ ਦੇ ਖਿਲਾਫ ਫੈਸਲਾ ਲੈਣਾ ਚਾਹੀਦਾ ਹੈ ਦਾਸ ਨੇ ਕਿਹਾ ਕਿ ਜੇਕਰ ਕ੍ਰਿਪਟੋ ਦਾ ਰੁਝਾਨ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਇਸ ਦਾ ਅਸਰ ਦੁਨੀਆ ਦੇ ਸਾਰੇ ਕੇਂਦਰੀ ਬੈਂਕਾਂ ਤੇ ਪਵੇਗਾ ਸਰਕਾਰ ਹੌਲੀ-ਹੌਲੀ ਕ੍ਰਿਪਟੋ ਦੁਆਰਾ ਪੈਦਾ ਹੋਣ ਵਾਲੀਆਂ ਜੋਖਮਾਂ ਨੂੰ ਲੈ ਕੇ ਚੌਕਸ ਹੋ ਰਹੀ ਹੈ। ਇਸ ਸਾਲ G20 ਸਮੇਲਨ ਭਾਰਤ ਵਿੱਚ ਹੋਇਆ ਸੀ। ਇਸ ਸਮੇਲਨ ਵਿੱਚ ਭਾਰਤ ਪਹਿਲਾ ਦੇਸ਼ ਸੀ ਜਿਸ ਨੇ ਕ੍ਰਿਪਟੋ ਕਰੰਸੀ ਅਤੇ ਜੋਖਮ ਦੇ ਸਬੰਧ ਵਿੱਚ ਸਵਾਲ ਉਠਾਏ ਸਨ। G20 ਸਮੇਲਨ 'ਚ ਇਹ ਫੈਸਲਾ ਲਿਆ ਗਿਆ ਸੀ ਕਿ ਅੰਤਰਰਾਸ਼ਟਰੀ ਸਮਝ ਨਾਲ ਕ੍ਰਿਪਟੋ ਕਰੰਸੀ ਦੇ ਈਕੋਸਿਸਟਮ ਨੂੰ ਸਮਝਿਆ ਜਾਵੇਗਾ। ਸ਼ਕਤੀ ਗਾਂਦਾਸ ਨੇ ਅੱਗੇ ਵੀ ਕਿਹਾ ਕਿ ਆਰਬੀ ਪਹਿਲਾ ਕੇਂਦਰੀ ਬੈਂਕ ਹੈ ਜਿਸ ਨੇ ਕ੍ਰਿਪਟੋ ਦੇ ਖਤਰਿਆਂ ਨੂੰ ਉਜਾਗਰ ਕੀਤਾ ਹੈ। ਇਹ ਸਾਰੇ ਦੇਸ਼ਾਂ ਦੀ ਵਿੱਤੀ ਪ੍ਰਣਾਲੀ ਲਈ ਖਤਰਾ ਹੈ। ਇੱਕ ਸੰਪੂਰਨ ਕਾਰਨ ਹੈ ਕਿ ਇਸ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਅਜਿਹੀ ਸਥਿਤੀ ਵਿੱਚ ਅਸੀਂ ਕਹਿ ਰਹੇ ਹਾਂ ਕਿ ਸਾਨੂੰ ਕ੍ਰਿਪਟੋ ਨਾਲ ਬਹੁਤ ਸਾਵਧਾਨੀ ਨਾਲ ਨਿਪਟਣਾ ਚਾਹੀਦਾ ਹੈ। ਹਾਲਾਂਕਿ ਇਹ ਸਿਰਫ ਭਾਰਤ ਦਾ ਫੈਸਲਾ ਹੈ। ਬਾਕੀ ਸਾਰੇ ਦੇਸ਼ਾਂ ਨੂੰ ਆਪਣੇ ਪੱਧਰ ਤੇ ਫੈਸਲੇ ਲੈਣੇ ਚਾਹੀਦੇ ਹਨ। ਐਸਐਨਜੀ ਦੇਸ਼ ਦੇਸ਼ਾਂ ਨਾਲ ਜੁੜੀਆਂ ਹੋਈਆਂ ਕੁਝ ਖਾਸ ਸੇ ਚੌਂਵੀ ਖਬਰਾਂ ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਨੇ ਰਹੋ ਜੀ ਪੰਜਾਬ ਮਿਲ ਯੂਏਸੀ ਟੀਵੀ ਦੇ ਨਾਲ ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ